ਪਹਿਲਾਂ ਰੋਡ ਟੈਕਸ ਜਮ੍ਹਾਂ ਕਰਾਓ ਬੰਦਾ, ਠੀਕ ਹੈ ਨਾ, ਫਿਰ ਉਹਦੇ ਬਾਅਦ ਚਲਾਨ ਜਮ੍ਹਾਂ ਕਰਾਊਗਾ ਜੀ। ਫਾਈਨਸ ਘੱਟ ਹੋਣਗੇ ਉਹਨਾਂ ਦਾ, ਆਹੀ ਹੋਊਗਾ ਵੀ ਹਾਂ ਕਿੰਨੀ ਕੁ ਗੱਲ ਹੈ, 400-500 ਦੀ ਗੱਲ ਹੈ, ਦੇ ਦੇਵਾਂਗੇ। ਜਿਹੜੇ ਵਿਚਾਰੇ ਹੁਣ ਮੋਟਰਸਾਈਕਲ 'ਚ ਜਿਨ੍ਹਾਂ ਨੂੰ ਤੇਲ ਨਹੀਂ ਪੈਂਦਾ, ਉਹ ਵਿਚਾਰੇ ਹੁਣ 5 ਗੁਣਾ ਚਲਾਨ ਕਿਵੇਂ ਭਰਨਗੇ? ਹੋਣੇ ਚਾਹੀਦੇ ਆ ਫਾਈਨ, ਬਟ ਇੱਕ ਲਿਮਿਟ ਦੇ ਅਕੋਰਡਿੰਗ ਹੋਣੇ ਚਾਹੀਦੇ। ਨਾ ਚਲਾਨ ਹੋਊਗਾ ਨਾ ਕੁਛ ਹੋਊਗਾ, ਬੱਸ ਦਾ ਕਿਰਾਇਆ ਸਭ ਤੋਂ ਵਧੀਆ। ਜੇਬ 'ਤੇ ਡਿਪੈਂਡ ਕਰਦੇ ਬੰਦੇ ਦੀ 'ਤੇ, ਠੀਕ ਹੈ ਨਾ, ਜਿਹੜਾ ਅਮੀਰ ਬੰਦਾ ਉਹਨੂੰ ਤਾਂ ਜਦ ਹੀ ਭਰਦੇ ਨੇ ਜੀ। ਹੁਣ ਸਾਡੇ ਵਰਗੇ ਜਿਹੜੇ ਘਰ 'ਤੇ ਪੂਰੇ ਪੈਸੇ ਨਿਕਲ ਲੈ ਕੇ ਨਿਕਲਦਾ ਜੀ, 200-400 ਦਿੰਦਾ, ਉਹ ਤਾਂ ਚਲਾਨ ਕਿਵੇਂ ਭਰੂਗਾ ਜੀ? ਠੀਕ ਹੈ ਨਾ ਜੀ, ਪਹਿਲਾਂ ਰੋਡ ਟੈਕਸ ਜਮ੍ਹਾਂ ਕਰਾਓ ਬੰਦਾ, ਠੀਕ ਹੈ ਨਾ ਜੀ, ਫਿਰ ਉਹਦੇ ਬਾਅਦ ਚਲਾਨ ਜਮ੍ਹਾਂ ਕਰਾਊਗਾ ਜੀ, ਠੀਕ ਹੈ ਨਾ ਜੀ। ਇਹਦੇ ਨਾਲੋਂ ਵਧੀਆ ਤਾਂ ਫਿਰ ਬੰਦਾ ਇਸ ਟਾਈਮ ਦੇ ਵਿੱਚ ਤਾਂ ਫਿਰ ਬੱਸ ਪ੍ਰੈਫਰ ਕਰੂਗਾ ਵੀ ਮੈਂ ਬੱਸ 'ਚ ਜਾਵਾਂ, ਨਾ ਚਲਾਨ ਹੋਊਗਾ ਨਾ ਕੁਛ ਹੋਊਗਾ, ਬੱਸ ਦਾ ਕਿਰਾਇਆ ਸਭ ਤੋਂ ਵਧੀਆ। ਜੋ ਪੰਜਾਬ ਗਵਰਨਮੈਂਟ ਰਿਵਿਊ ਕਰ ਰਹੀ ਹੈ ਉਹ ਗਲਤ ਚੀਜ਼ ਹੈ, ਫਾਈਨਸ ਵਧਾਉਣੇ ਚਾਹੀਦੇ ਹੈ। ਲੋਕਾਂ ਨੂੰ ਇੱਦਾਂ ਹੋਊਗਾ ਕਿ ਸਾਨੂੰ ਸਾਡੀ ਜੇਬ 'ਚੋਂ ਖਰਚੇ ਜਾ ਰਹੇ ਨੇ, ਉਹ ਚੀਜ਼ ਨੂੰ ਘੱਟ ਕਰਨਗੇ। ਜੇ ਮਤਲਬ ਫਾਈਨਸ ਘੱਟ ਹੋਣਗੇ ਉਹਨਾਂ ਦਾ, ਆਹੀ ਹੋਊਗਾ ਵੀ ਹਾਂ ਕਿੰਨੀ ਕੁ ਗੱਲ ਹੈ, 400-500 ਦੀ ਗੱਲ ਹੈ, ਦੇ ਦੇਵਾਂਗੇ, ਕਿੰਨੀ ਵੱਡੀ ਗੱਲ ਹੈ। ਸੋ ਆਈ ਥਿੰਕ ਕਿ ਫਾਈਨਸ ਵਧਣੇ ਚਾਹੀਦੇ। ਜਿਹੜੇ ਅਮੀਰ ਆ ਉਹਨਾਂ ਨੂੰ ਤਾਂ 5 ਗੁਣਾ ਨਾਲ ਵੀ ਨਹੀਂ ਫਰਕ ਪੈਣਾ, ਜਿਹੜੇ ਗਰੀਬ ਆ ਉਹਨਾਂ ਵਾਸਤੇ ਤਾਂ ਠੀਕ ਹੈ ਜੀ। ਜਿਹੜੇ ਵਿਚਾਰੇ ਹੁਣ ਮੋਟਰਸਾਈਕਲ 'ਚ ਜਿਨ੍ਹਾਂ ਨੂੰ ਤੇਲ ਨਹੀਂ ਪੈਂਦਾ, ਉਹ ਵਿਚਾਰੇ ਹੁਣ 5 ਗੁਣਾ ਚਲਾਨ ਕਿਵੇਂ ਭਰਨਗੇ? ਪੰਜਾਬ ਗਵਰਨਮੈਂਟ ਨੇ ਜਿਹੜਾ ਰਿਵਿਊ ਕਰੀ ਹੋਲਡ ਕਰਨ ਦਾ, ਬਹੁਤ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਜੀ। ਜਿਹੜਾ ਪੰਜਾਬ ਸਰਕਾਰ ਨੇ ਡਿਸੀਜਨ ਲਿੱਤਾ ਬਿਲਕੁਲ ਸਹੀ ਲਿੱਤਾ ਗਿਆ, ਕਿਉਂਕਿ ਫਾਈਨ ਇੰਨੇ ਜ਼ਿਆਦਾ ਨਹੀਂ ਹੋਣੇ ਚਾਹੀਦੇ, ਬਿਕੋਜ਼ ਜਿਹੜਾ ਫਾਈਨ ਹੈ ਹਰ ਕੋਈ ਨਹੀਂ ਪੇ ਕਰ ਸਕਦਾ, ਕੋਈ ਕੋਈ ਬੰਦੇ ਨਹੀਂ ਪੇ, ਹੋਣੇ ਚਾਹੀਦੇ ਆ ਫਾਈਨ, ਬਟ ਇੱਕ ਲਿਮਿਟ ਦੇ ਅਕੋਰਡਿੰਗ ਹੋਣੇ ਚਾਹੀਦੇ ਆ। ਇੱਕ ਹਿਸਾਬ ਨਾਲ ਠੀਕ ਵੀ ਹੈ, ਠੀਕ ਵੀ ਨਹੀਂ ਹੈਗੇ। ਜੇ ਜ਼ਿਆਦਾ ਫਾਈਨ ਹੈ ਤਾਂ ਬੰਦਾ ਜ਼ਿਆਦਾ ਫੋਲੋ ਰੂਲਸ ਕਰੂੰਗਾ ਕਿ ਹਾਂ ਫਾਈਨ ਦੇ ਡਰ 'ਤੇ ਟ੍ਰੈਫਿਕ ਰੂਲ ਨੂੰ ਫੋਲੋ ਕਰੂੰਗਾ, ਮਗਰ ਇੱਕ ਹਿਸਾਬ ਨਾਲ ਜੇ ਦੇਖੀਏ ਫਾਈਨ ਜ਼ਿਆਦਾ ਹੈ, ਜੇ ਗਰੀਬ ਲੋਕਾਂ ਤੋਂ ਮਿਸਟੇਕ ਹੋ ਜਾਂਦੀਆਂ ਉਹ ਨਹੀਂ ਭਰ ਸਕਦੇ ਫਾਈਨ। ਜਿਹੜੀ ਫਾਈਨ ਦੀ ਅਮਾਊਂਟ ਡਿਸਾਈਡ ਕਰਨ ਵਾਸਤੇ ਕੁਛ ਅਸੀਂ ਯਾਰਡ ਸਟਿਕ ਨਹੀਂ ਫੋਲੋ ਕੀਤੀ, ਲਾਈਕ ਜਿੰਨੇ ਵੀ ਡਿਵੈਲਪਡ ਨੇਸ਼ਨ ਨੇ ਜੋ ਥੋੜ੍ਹਾ ਬਹੁਤ, ਉਹਨਾਂ ਨੇ ਇੱਕ ਪਰਚੇਜ਼ਿੰਗ ਪਾਵਰ ਪੈਰਿਟੀ ਦੇ ਪੈਰਾਮੀਟਰ ਦੇ ਬੇਸ 'ਤੇ ਤੁਸੀਂ ਕਿਸ ਤਰ੍ਹਾਂ ਦੀ ਵਾਇਓਲੇਸ਼ਨ ਕਰ ਰਹੇ ਹੋ ਉਸਦੇ ਅਕੋਰਡਿੰਗ ਇੱਕ ਫਾਈਨ ਡਿਸਾਈਡ ਹੈ। ਸੇਮ ਟਿਪੀਕਲ ਪ੍ਰੋਸੀਜਰ ਦੇ ਨਾਲ ਅਗਰ ਮੈਂ ਕਲੈਕਟ ਕਰਨੇ ਹੈ ਤਾਂ ਦੇਰ ਇਜ਼ ਅ ਮੈਕਸੀਮਮ ਚਾਂਸਿਸ ਕਿ ਦ ਕਰਪਸ਼ਨ ਮੇ ਰਾਈਜ਼। ਸਾਡੀ ਪੁਲਿਸ ਇੰਨੀ ਇਕਿਪਡ ਨਹੀਂ ਹੈ ਇਲੈਕਟ੍ਰੋਨਿਕਲੀ ਕਿ ਇਹ ਸਾਰੇ ਜਿਹੜੇ ਵਾਇਓਲੇਸ਼ਨਸ ਨੇ, ਮੂਵਿੰਗ ਵਾਇਓਲੇਸ਼ਨ ਨੇ, ਜਿਨ੍ਹਾਂ ਨੂੰ ਅਸੀਂ ਪਕੜ ਪਾਈਏ। 100 ਚਲਾਨ ਹੁੰਦੇ ਨੇ ਤਾਂ 1% ਚਲਾਨ ਨੇ ਜਿਹੜੇ ਕੁਆਲਿਟੀ ਚਲਾਨ ਨੇ ਇਨ ਟਰਮਸ ਆਫ, ਜਿਹਦੇ ਨਾਲ ਰੋਡ ਸੇਫਟੀ 'ਤੇ ਸਿੱਧਾ ਫਰਕ ਪੈਂਦਾ। ਚੰਡੀਗੜ੍ਹ ਫੋਰ ਇਗਜ਼ਾਮਪਲ ਦੱਸਾਂ, 1 ਲੱਖ ਦੀ ਆਬਾਦੀ ਮਗਰ, ਹਿਊਮਨ ਪਾਪੂਲੇਸ਼ਨ ਮਗਰ 65 ਪੁਲਿਸ ਵਾਲੇ ਕੰਮ ਕਰ ਰਹੇ ਨੇ, ਟ੍ਰੈਫਿਕ ਪੁਲਿਸ ਵਾਲੇ। ਅਗਰ ਮੈਂ ਦਿੱਲੀ ਦੀ ਗੱਲ ਕਰਾਂ ਤਾਂ ਉੱਥੇ ਕਰੀਬ 30-35 ਪੁਲਿਸ ਵਾਲੇ ਕੰਮ ਕਰ ਰਹੇ ਨੇ ਟ੍ਰੈਫਿਕ ਵਾਲੇ। ਹਰਿਆਣਾ ਦੀ ਗੱਲ ਕਰਾਂ ਤਾਂ ਉੱਥੇ 8 ਨੇ, ਔਰ ਪੰਜਾਬ ਵੀ ਆਲਮੋਸਟ 8 ਜਾਂ 10 ਦੀ ਰੇਂਜ ਦੇ ਵਿੱਚ ਹੀ ਕੰਮ ਕਰ ਰਹੇ ਨੇ। ਸੋ ਬਹੁਤ ਜ਼ਿਆਦਾ ਫਰਕ ਹੈ, ਔਰ ਚਲਾਨ ਖਾਲੀ ਬੰਦਿਆਂ ਨੇ ਨਹੀਂ ਕਰਨਾ, ਉੱਥੇ ਮੈਨੂੰ ਇਲੈਕਟ੍ਰੋਨਿਕ ਇਕਵਿਪਮੈਂਟ ਵੀ ਚਾਹੀਦੇ ਨੇ, ਮੈਨ ਪਾਵਰ ਵੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਸਟੇਟ ਨੂੰ ਇਹਦੇ ਉੱਪਰ ਪੂਰੀ ਬ੍ਰੇਨ ਸਟੋਰਮਿੰਗ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।